سارے پریم ست بولو واہِ گرو جی کا خالصہ واہِ گرو جی کی فتح بڑے بڑاوالے جی جے بھگت کبیر جی دی یاد وچ ستگرو صاحب دے چرناں وچ جڑ بیٹھے ستگرو صاحب دے ایڈی رحمت کیتی بڑا امیر ورثہ سن دیتا ہے پر افسوس اس گل دا ہے کہ سانوں نہ امیر ورثے دی سمجھ آئی تے اسی سدھانت نوں رج کے توڑیا ساڈی نہ سمجھی کارن اج بھگت رمداس جی دے وکھرے دربار بننے شروع ہو گئے اور انہوں نے بھگتی کے نام کے اگے بھی گرو رمداس جی لکھنا شروع کر دیا ہوں بھگت کبیر جی نے بھی وکھرے تھان بننے شروع ہو گئے انہوں نے بھی اگے گرو کبیر جی لکھنا شروع کر دیا اس جنا چ بھگت سین جی کا دربار سارے سامنے آنے والا ہے اور وہ لکھن گے گرو سین جی جتھے وہ استھان بناؤ گے اتنے آمدن واسطے دکان نہیں لاؤ گے انہوں دکان نائی بیٹھ گے جو گرو کے مور کیسان کی میئر بھی کرایا کر ساڈے کول انہاں نوں روکن کا کوئی چارہ نہیں ہوئے گا کیونکہ وہ کہیں گے ساڈا استھان بھگت سین جی ساڈا ہے جی اسی انہاں لوکاں نوں قصوروار رکھیے تے جی اسی اپنے اندر جھکتی ماریے تے اسی اس تو ود قصوروار ہاں ستگر صاحب دے وچ 15 ਭਗਤਾਂ ਦੀ ਬਾਣੀ ਆਈ ਸਿਰਫ ਗੱਲ ਨੂੰ ਸੋਚਣ ਵਾਸਤੇ ਜੇ ਹਕੀਕਤ ਲਓ ਤੇ ਕਿਸੇ ਭਗਤ ਦੀ ਕੋਈ ਬਾਣੀ ਨਹੀਂ ਜੇ ਕਹਿ ਦਿਆਂ ਵੀ ਇਹ ਵੀ ਸੱਚੇ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਨਹੀਂ ਸੱਚਾਈ ਗੁਰੂ ਅਰਜਨ ਸਾਹਿਬ ਦੀ ਬਾਣੀ ਨਹੀਂ پھر سنو بچارن ہوگی کہ دھن گرو گرنتھ صاحب مہاراج صاحب کے جی بخش ہوئی بانی ہے وہ کس کی جی تھوڑی جی دھیان دیے تو صاحب جی آپ کہتے ہیں جیسی میں آلے خسم کی بانی تیسرا کری گیان ملا گرو نانک صاحب یہ کہتے کہ میری بانی ہے گرو نانک صاحب کہتے میں اس خسم کی بانی تمہوں سنا رہا میں اپنی بانی نہیں سنا رہا صاحب جی گرو ارجن صاحب کہتے کہ بانی کی بانی آئی تر سگلی چندر مٹائی صاحب جی کہتے امرت بانی ہر ہر تیری سن سن ہوئے پرم گت ملی کہتے کہ امرت روپ کی بانی ہے یہ بھائی گرو تیری ہے میری بھی ہے جس گھر بانی اکال پرکھ کی گرو نانک صاحب نے سنائی اسی گھر بھگت کبیر دیا کتار گیریاں اسی اکال پرکھ کی بانی بھگت کبیر جی نے سنا دی اسی اوستھا چ بھگت رمداس جی بھی ਉਹੀ ਬਾਣੀ ਉਸ ਅਕਾਲ ਪੁਰਖ ਦੀ ਭਗਤ ਰਮਦਾਸ ਜੀ ਨੇ ਸੁਣਾ ਦਿੱਤੀ ਅੱਜ ਇਹ ਵੀ ਦੁਖਾਂਤ ਆ ਰਿਹਾ ਹੈ ਜੀ ਇਹ ਭਗਤ ਬਾਣੀ ਗੱਲ ਕਹਿੰਦੀ ਇਹ ਗੁਰੂ ਦੀ ਬਾਣੀ ਨਹੀਂ ਦੱਸਦੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਉਸ ਅਕਾਲ ਪੁਰਖ ਦੀ ਬਾਣੀ ਭਾਵੇਂ ਉਹ ਭੱਟਾਂ ਦੇ ਸੁਰੀਏ ਹੈ
ਭਾਵੇਂ ਉਹ ਸੱਤਾ ਬਲਵਾਨ ਦਾ ਬਾਬਾ ਜੀ ਦੀ ਬਾਣੀ ਨੂੰ ਬਖਸ਼ਿਸ਼ ਹੋਈ ਹੈ, ਭਾਵੇਂ ਭਗਤਾਂ ਨੂੰ ਬਖਸ਼ਿਸ਼ ਹੋਈ ਹੈ, ਭਾਵੇਂ ਉਹ ਫਰਮਾਨ ਸਾਹਿਬ ਗੁਰੂ ਸਾਹਿਬ ਨੇ ਸੁਣਾਇਆ ਤੇ ਭਗਤਾਂ ਨੂੰ ਸਤਿਗੁਰ ਸਾਹਿਬ ਨੇ ਲਗੋ ਬਖਸ਼ਿਆ। ਜਿਵੇਂ ਅਸੀਂ ਅੰਮ੍ਰਿਤ ਛਕਦਿਆਂ ਸਾਡੇ ਨਾਂ ਦੇ ਮਗਰ ਸਿੰਘ ਲੱਗਦਾ ਹੈ, ਸਾਡੀਆਂ ਧੀਆਂ ਭੈਣਾਂ ਦੇ ਨਾਂ ਦੇ ਮਗਰ ਕੌਰ ਲੱਗਦਾ ਹੈ। ਜੇ ਵੀ ਬੰਦਾ ਇਹ ਆਖੇ ਕਿ ਮੈਂ ਸਿੰਘ ਨਹੀਂ ਲਾਉਣਾ, ਮੈਂ ਆਪਣੇ ਨਾਂ ਦੇ ਮਗਰ ਕੁਛ ਹੋਰ ਲਾਉਣਾ, ਤੇ ਗੁਰੂ ਗੋਬਿੰਦ ਸਿੰਘ ਦੇ ਹੁਕਮ ਤੋਂ ਬਾਹਰ ਕਹਿਣਾ ਪਊਗਾ ਵੀ ਇਹ ਗੁਰੂ ਗੋਬਿੰਦ ਸਿੰਘ ਦੇ ਹੁਕਮ ਦੀ ਅਲੱਗ ਕਰਕੇ ਬਾਹਰ ਹੋ ਗਿਆ, ਇਹ ਗੁਰੂ ਗੋਬਿੰਦ ਸਿੰਘ ਦੇ ਹੁਕਮ ਵਿੱਚ ਨਹੀਂ ਹੈ। ਕੋਈ ਸਾਡੀ ਧੀ ਭੈਣ ਹੈ ਕਿ ਮੈਂ ਆਪਣੇ ਨਾਂ ਦੇ ਮਗਰ ਕੌਰ ਨਹੀਂ ਲਾਉਣਾ, ਮੈਨੂੰ ਕੌਰ ਸ਼ਬਦ ਦੀ ਜ਼ਰੂਰਤ ਨਹੀਂ, ਉਹਨੂੰ ਗੁਰੂ ਗੋਬਿੰਦ ਸਿੰਘ ਦੇ ਹੁਕਮ ਤੋਂ ਬਾਹਰ ਮੰਨਿਆ ਜਾਊਗਾ। ਇਵੇਂ ਗੁਰੂ ਅਰਜਨ ਸਾਹਿਬ ਨੇ ਕੈਲਾਸ਼ੀ ਬਾਣੀ ਵਿੱਚ ਜੋ ਬਾਣੀ ਅਕਾਲ ਪੁਰਖ ਨੇ ਭਗਤ ਕਬੀਰ ਜੀ ਨੂੰ, ਭਗਤ ਰਵਿਦਾਸ ਜੀ ਨੂੰ, ਭਗਤ ਨਾਮਦੇਵ ਜੀ ਨੂੰ ਬਖਸ਼ੀ, ਜਦੋਂ ਉਸ ਬਾਣੀ ਦਾ ਜ਼ਿਕਰ ਕਰਨਾ ਸੀ ਕਿ ਇਹ ਬਾਣੀ ਇਸ ਦੁਨੀਆਂ ਤੇ ਭਗਤ ਕਬੀਰ ਜੀ ਰਾਹੀਂ ਆਈ ਹੈ, ਉਦੋਂ ਲਿਖਣਾ ਕੀਤਾ ਬਾਣੀ ਭਗਤ ਕਬੀਰ ਜੀ ਦੀ। ਕਿਸੇ ਕੋਲ ਭਗਤ ਹੈ ਵੀ ਉਹਨੂੰ ਭਗਤ ਨੂੰ ਮੇਟ ਕੇ ਕੋਈ ਕਹਿੰਦੇ ਮੈਂ ਗੁਰੂ ਕਰ ਦਿਆਂਗਾ? ਭਗਤ ਲਫ਼ਜ਼ ਭਗਤ ਜਨਾਂ ਨੂੰ ਗੁਰੂ ਅਰਜਨ ਸਾਹਿਬ ਨੇ ਬਖਸ਼ਿਸ਼ ਕੀਤਾ, ਉਹਨੂੰ ਬਦਲ ਕੇ ਗੁਰੂ ਕਰਨਾ ਗੁਰੂ ਅਰਜਨ ਸਾਹਿਬ ਦੇ ਹੁਕਮ ਦੀ ਉਲੰਘਣਾ ਹੈ। ਤੇ ਜਿਹੜਾ ਗੁਰੂ ਅਰਜਨ ਸਾਹਿਬ ਦੇ ਹੁਕਮ ਦੀ ਉਲੰਘਣਾ ਕਰੇ, ਯਾਦ ਰੱਖਿਓ ਜੋ ਆਖੇ ਵੀ ਕਿਤੇ ਮੇਰਾ ਭਲਾ ਹੋ ਜਾਵੇ, ਨਹੀਂ ਹੋ ਸਕਦਾ ਇਸ ਟਾਈਮ। ਪਰ ਦੂਜਾ ਤੱਕ ਨਾ ਲਿਆ ਜਾਵੇ ਵੀ ਉਹਨਾਂ ਨੇ ਗੁਰੂ ਰਵਿਦਾਸ ਦੇ ਨਾਂ ਤੇ, ਉਹਨਾਂ ਨੇ ਗੁਰੂ ਕਬੀਰ ਦੇ ਨਾਂ ਤੇ, ਕੱਲ ਨੂੰ ਗੁਰੂ ਸੈਣ ਦੇ ਨਾਂ ਤੇ ਵੱਖਰੇ ਦਰਬਾਰ ਕਿਉਂ ਬਣਾਏ? ਪਹਿਲਾਂ ਤੇ ਅਸੀਂ ਸਾਡੀਆਂ ਜਿੰਨੀਆਂ ਜਥੇਬੰਦੀਆਂ ਬਣੀਆਂ, ਅਸੀਂ ਆਪਣਾ ਸਿਧਾਂਤ ਤੋੜ ਕੇ ਬਣੇ। ਗੁਰੂ ਨੇ ਸਾਨੂੰ ਸਿਧਾਂਤ ਖਾਲਸਾ ਦਿੱਤਾ ਸੀ ਜੀ, ਮੈਂ ਤੈਨੂੰ ਖਾਲਸਾ ਬਣਾ ਕੇ ਜਾ। ਜਿਸ ਜਥੇਬੰਦੀ ਬਣਾਉਣੀ ਸੀ, ਕਿਸੇ ਨੇ ਖਾਲਸਾ ਪ੍ਰਚਾਰ ਸਭਾ ਬਣਾਉਣੀ ਸੀ, ਖਾਲਸਾ ਸੇਵਾ ਸਭਾ ਬਣਾਉਣੀ ਸੀ, ਉਹ ਖਾਲਸਾ ਪ੍ਰਚਾਰ ਸਭਾ ਹੁੰਦੀ ਕਿਤੇ ਭਗਤ ਕਬੀਰ ਦੀ ਦਿਲ ਮਨਾਉਂਦੀ, ਕਿਤੇ ਭਗਤ ਰਵਿਦਾਸ ਦਾ ਦਿਲ ਮਨਾਉਂਦੇ, ਕਿਤੇ ਉਹ ਗੁਰਮੁਖ ਪਿਆਰਿਆਂ ਦੀਆਂ ਬਖਸ਼ਿਸ਼ਾਂ ਮਨਾਉਂਦੇ, ਕਿਤੇ ਉਹ ਗੁਰਮੁਖਾਂ ਦੇ ਸ਼ਹੀਦੀ ਦਿਨ ਮਨਾਉਂਦੇ, ਕਿਤੇ ਉਹ ਗੁਰੂ ਦੇ ਗੁਰਪੁਰਬ ਮਨਾਉਂਦੇ। ਕਿਸੇ ਨੇ ਸਾਨੂੰ ਵਕਤ ਹੋਣਾ ਹੀ ਨਹੀਂ ਸੀਗਾ। ਅਸੀਂ ਭਗਤ ਕਰਨਾ ਜੀ ਦਾ ਦਿਨ ਮਨਾਉਣ ਤਾਂ ਤਿਆਰ ਹਾਂ, ਕਥਾ ਕਰਦੇ ਹਾਂ ਬਾਣੀ ਦੇ ਪ੍ਰਮਾਣ ਕੀ ਕੀਤੇ ਸੀ, ਭਗਤ ਨਾਮਦੇਵ ਜੀ ਦੀ ਬਾਣੀ ਦੇ ਸੁਣਨ ਤਿਆਰ ਹਾਂ। ਪਰ ਜਿੰਨਾ ਅਸੀਂ ਭਗਤ ਕਰਨਾ ਜੀ ਨੂੰ ਮਾਣਦੇ ਨਾ, ਉਹਨਾਂ ਅਸੀਂ ਕਬੀਰ ਨੂੰ ਮਾਣਦੇ ਨੇ? ਨਹੀਂ, ਇਹਦਾ ਮਤਲਬ ਕਬੀਰ ਨੂੰ ਅਸੀਂ ਆਪਣਾ ਨਹੀਂ ਮੰਨਦੇ, ਧੰਨੇ ਨੂੰ ਅਸੀਂ ਆਪਣਾ ਹੀ ਭਗਤਾਂ ਦੇ ਵਿੱਚ ਫਰਕ ਪਾਈ ਬੈਠੇ ਹਾਂ। ਫਿਰ ਜਿਨ੍ਹਾਂ ਦੇ ਅੱਗੇ ਗੁਰੂ ਗੋਬਿੰਦ ਸਿੰਘ ਜੀ ਗੋਡੇ ਲਾ ਕੇ ਹੱਥ ਜੋੜ ਦਿੱਤੇ, ਕਿੰਨੇ ਮਹਾਨ ਹੋਣਗੇ ਕਿ ਉਹਨਾਂ ਪੰਜਾਂ ਦੇ ਵਿੱਚ ਬਾਬਾ ਸਾਹਿਬ ਸਿੰਘ ਜੀ, ਜਿਨ੍ਹਾਂ ਬਾਬਾ ਸਾਹਿਬ ਸਿੰਘ ਦੇ ਅੱਗੇ, ਬਾਬਾ ਮੋਹਨ ਸਿੰਘ ਦੇ ਅੱਗੇ, ਬਾਬਾ ਜਿੰਦਰ ਸਿੰਘ ਉਹਨੇ ਪੰਜਾਂ ਪੈਰਾਂ ਦੇ ਅੱਗੇ ਗੁਰੂ ਸਾਹਿਬ ਨੇ ਹੱਥ ਜੋੜ ਦਿੱਤੇ ਵੀ ਮੈਨੂੰ ਤੁਸੀਂ ਹੁਣ ਪੰਜ ਕੋਟਾ ਬੰਦੇ ਬੁਲਾ ਦਿਓ, ਮੈਂ ਸਾਰਾ ਸਰਬੰਸ ਦੇ ਦਿਆਂਗਾ। ਉਹ ਕੀ ਰੂਹਾਂ ਐਵੇਂ ਹੋਣਗੀਆਂ ਕਿਤੇ ਕਿੱਡੀਆਂ ਮਹਾਨ ਉੱਚੀਆਂ ਆਤਮਾ ਉਹ ਹੋਣਗੀਆਂ? ਅਸੀਂ ਆਪਣੇ ਆਪਣੇ ਬਾਬਿਆਂ ਦੇ ਦਿਨ ਤੇ ਬਹੁਤ ਮਨਾਏ, ਅਸੀਂ ਆਪਣੇ ਭਗਤਾਂ ਦੇ ਜਿਸ ਬਾਬਿਆਂ ਨੂੰ ਜੁੜਿਆ ਉਹਦੀਆਂ ਬਖਸ਼ੀਆਂ ਵੀ ਬਹੁਤ ਬਣਾਈਆਂ, ਬੜੇ ਜੋਰ ਸ਼ੋਰ ਨਾਲ ਬਣਾਈਆਂ। ਫਿਰ ਕੀ ਅਸੀਂ ਸਾਹਿਬ ਸਿੰਘ ਨੂੰ ਆਪਣਾ ਨਹੀਂ ਮੰਨਿਆ? ਅਸੀਂ ਮੋਹਨ ਸਿੰਘ ਨੂੰ ਆਪਣਾ ਨਹੀਂ ਮੰਨਿਆ? ਅਸੀਂ ਕਬੀਰ ਜੀ ਨੂੰ ਆਪਣਾ ਮੰਨਿਆ ਹੀ ਨਹੀਂ? ਜਿੰਨੀ ਬਖਸ਼ਿਸ਼ ਕਬੀਰ ਸਾਹਿਬ ਤੇ ਹੋਈ, ਭਗਤ ਰਵਿਦਾਸ ਜੀ ਤੇ ਹੋਈ, ਅਸੀਂ ਜੇ ਉਹਨਾਂ ਦੇ ਦਿਲ ਜਾ ਕੇ ਭੁੱਲ ਹੀ ਗਏ, ਅਸੀਂ ਦੇਖਿਆ ਕਿ ਮੇਰੇ ਪਿੰਡ ਦਾ ਪੁਰਾਣਾ ਹੈਗਾ, ਮੈਂ ਉੱਥੇ ਸਾਰਾ ਆਪਣਾ ਜੋਸ਼ ਸ੍ਰੋਤ ਆ ਜਾਵਾਂਗਾ, ਗੁਰਮਤਿ ਆਸ਼ੇ ਸੁੱਖ ਖੜਕ ਗਏ। ਤੇ ਫਿਰ ਜਿਹੜੇ ਦੁਨਿਆਵੀ ਕੋਲ ਸੀ, ਹਾਲਾਂਕਿ ਇਹ ਵੀ ਸਿੱਖੀ ਨੂੰ ਬੜਾ ਵੱਡਾ ਕਲੰਕ ਗਏ, ਤੁਸੀਂ ਕਿਸੇ ਨੂੰ ਪੁੱਛੋ ਤੂੰ ਕਿਹੜਾ ਸਿੱਖ ਹੈ, ਉਹ ਕਹਿੰਦਾ ਮੈਂ ਜੱਟ ਸਿੱਖ ਹਾਂ, ਕਹਿੰਦਾ ਮੈਂ ਤਰਖਾਣ ਸਿੱਖ ਹਾਂ, ਕਹਿੰਦਾ ਮੈਂ ਲਵਾ
ਸਿੰਘ ਉਹ ਆਪਣੇ ਚਾਰ ਕਸਮ ਨੂੰ ਤਿਆਰ ਕਰਕੇ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਜਿਸ ਦਿਨ ਖੰਡੇ ਬਾਜੇ ਦਾ ਅਮਰ ਸਕਦਾ ਹੈ ਕਿ ਅੱਜ ਤੋਂ ਬਾਅਦ ਤੇਰੀ ਪਿਛਲੀ ਜਾਤ ਪਾਤ ਸਭ ਕੁਛ ਨਾਸ ਹੈ ਅੱਜ ਤੋਂ ਬਾਅਦ ਤੂੰ ਸਿੱਖ ਹੈ ਤੇਰੀ ਜਾਤ ਖਾਲਸਾ ਹੈ ਅਸੀਂ ਬਣਾਉਣ ਨੂੰ ਤਿਆਰ ਹੀ ਨਹੀਂ ਅਸੀਂ ਤਾਂ ਕਹਿੰਦੇ ਨਹੀਂ ਅਸੀਂ ਨਹੀਂ ਬਣਾਉਣੀ ਹੈਗੀ ਅਸੀਂ ਤੇ ਆਪਣੀ ਛੱਡਦੇ ਹੀ ਨਹੀਂ ਗਏ ਤੇ ਇਹ ਗੱਲ ਤੇ ਮੰਨੂ ਨੇ ਰੱਖੀ ਸੀ ਕਿ ਮੈਂ ਇਹਨਾਂ ਲੋਕਾਂ ਨੂੰ ਵੰਡ ਪਾ ਲੈਣੀ ਹੈ ਗੁਰੂ ਗੋਬਿੰਦ ਸਿੰਘ ਨੇ ਕਿਹਾ ਮੈਂ ਤੁਹਾਨੂੰ ਆ ਕੇ ਇਕੱਠੀਆਂ ਕਰਨਾ ਜੇ ਅਸੀਂ ਓਨੀ ਸ਼ਰਧਾ ਦੇ ਨਾਲ ਭਗਤ ਸੈਣ ਜੀ ਦਾ ਦਿਨ ਬਣਾਇਆ ਹੁੰਦਾ ਕਦੀ ਉਹ ਲੋਕ ਤਿਆਰ ਨਹੀਂ ਹੋਣੇ ਸੈਣ ਦਾ ਪੱਖਾ ਦਰਬਾਰ ਜਿੰਨੀ ਓਨੀ ਸ਼ਰਧਾ ਨਾਲ ਭਗਤ ਰਵਿਦਾਸ ਦਾ ਦਿਨ ਬਣਾਇਆ ਹੁੰਦਾ ਕਦੀ ਰਵਿਦਾਸ ਦਿਨ ਵੱਖਰਾ ਨਹੀਂ ਸੀ